गुरु रूप सत्कार जो खालसा जी पुकार दा काल टीवी ते तुहाडा सारिआं दा स्वागत है। मैं हाँ भुपिंदर सिंह लैके हाजिर होया हर हफ्ते की तरह किताबां दी दुनिया पुस्तक समीख्या प्रोग्राम। प्यारे दोस्तों आओ सारे पहला आपां गुरां जी दी बख्शिश फतेह बुलाइए ते अज दे प्रोग्राम दा आगाज करिए। वाहेगुरु जी का खालसा वाहेगुरु जी की फतेह। गुरु प्यारे खालसा जी जदों असीं धन धन सतगुरु गुरु ग्रंथ साहिब महाराज सच्चे पातशाह जी की बाणी पढ़ी दी है धर्म के रस्ते के उत्ते चलीदा है गुरु वाले बनीदा है तो गुरु पंथ के उत्ते चलदिआं होइआं साडे मन दे विच बेअंत जगियासावां पैदा हुंदीआं हन। बहुत सारे प्रश्न पैदा हुंदे ने ਅਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਉਹਨਾਂ ਜਗਿਆਸਾਵਾਂ ਦੀ ਪੂਰਤੀ ਅਸੀਂ ਗੁਰਮੁਖਾਂ ਪਿਆਰਿਆਂ ਤੋਂ ਜਿਨ੍ਹਾਂ ਨੇ ਬਾਣੀ ਨੂੰ ਮਾਣਿਆ ਹੋਇਆ ਉਹਨਾਂ ਤੋਂ ਅਸੀਂ ਕਰਦੇ ਹਾਂ, ਉਹਨਾਂ ਤੋਂ ਅਸੀਂ ਪੁੱਛਦੇ ਹਾਂ ਔਰ ਕੁਝ ਸਾਡੀਆਂ ਜਗਿਆਸਾਵਾਂ ਪੂਰੀਆਂ ਵੀ ਹੋ ਜਾਂਦੀਆਂ ਹਨ, ਕੁਝ ਪ੍ਰਸ਼ਨਾਂ ਦੇ ਉੱਤਰ ਸਵਾਲਾਂ ਦੇ ਜਵਾਬ ਸਾਨੂੰ ਮਿਲ ਜਾਂਦੇ ਹਨ। ਕੁਝ ਗੁਰੂ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਗੁਰਬਾਣੀ ਨੂੰ ਰੋਜ਼ ਨੇਮ ਨਾਲ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਸਾਨੂੰ ਚਾਨਣ ਦੇ ਦਿੰਦੇ ਹਨ, ਪਰ ਕਈ ਐਸੇ ਸਵਾਲ ਹੁੰਦੇ ਹਨ, ਕਈ ਐਸੀਆਂ ਗੁਰਬਾਣੀ ਦੀਆਂ ਪੰਕਤੀਆਂ ਹੁੰਦੀਆਂ ਹਨ ਜਿਹੜੀਆਂ ਸਾਨੂੰ ਸਹਿਜੇ ਕਿਤੇ ਸਮਝਣੀ ਪੈਂਦੀਆਂ, ਜਿਨ੍ਹਾਂ ਦੇ ਅਰਥ ਭਾਵ ਬਹੁਤ ਹੀ ਡੂੰਘੇ ਹੁੰਦੇ ਹਨ। ਐਸੇ ਹੀ ਪ੍ਰਸ਼ਨਾਂ ਦੇ ਉੱਤਰ ਗੁਰਬਾਣੀ ਦੇ ਉਹਦੇ ਆਧਾਰ ਦੇ ਉੱਤੇ ਹੀ ਗੁਰਮੁਖ ਪਿਆਰੇ ਦੇਣ ਦੇ ਗਾਹੇ ਬਗਾਹੇ ਯਤਨ ਕਰਦੇ ਰਹਿੰਦੇ ਹਨ। ਔਰ ਅੱਜ ਦੀ ਕਿਤਾਬ ਦਾ ਨਾਮ ਹੈ ਗੁਹਜ ਰਤਨ। ਗੁਹਜ ਰਤਨ ਜਿਵੇਂ ਕਿ ਨਾਮ ਤੋਂ ਹੀ ਸਪਸ਼ਟ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੰਦਰ ਇਹਨਾਂ ਬੇਅੰਤ ਸਵਾਲਾਂ ਦੇ ਜੋ ਜਵਾਬ ਹਨ ਅਤੇ ਉਹਨਾਂ ਜਵਾਬਾਂ ਦੇ ਨਾਲ ਉਹਨਾਂ ਉੱਤਰਾਂ ਦੇ ਨਾਲ ਜੋ ਸਾਡੇ ਜੀਵਨ ਦੇ ਵਿੱਚ ਸਾਨੂੰ ਰਹਿਨੁਮਾਈ ਮਿਲਦੀ ਹੈ, ਸਾਨੂੰ ਚਾਨਣਾ ਮਿਲਦਾ ਹੈ, ਗੁਰਬਾਣੀ ਸਾਡੀ ਰਾਹ ਦਸੇਰਾ ਬਣਦੀ ਹੈ, ਉਹ ਗੁਹਜ ਰਤਨ ਹੀ ਤਾਂ ਹਨ। ਇਹ ਉਹ ਗੁਹਜ ਰਤਨ ਨੇ ਜੋ ਗੁਰਬਾਣੀ 'ਚੋਂ ਮਿਲਦੇ ਹਨ, ਇਹ ਉਹ ਗੁਹਜ ਰਤਨ ਹੈ ਜੋ ਗੁਰਾਂ ਜੀ ਦੇ ਹੁਕਮ ਦੇ ਮੁਤਾਬਕ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਇੱਕ ਸਿੱਖ ਸੁਣੀ। ਗੁਰਾਂ ਜੀ ਦੀ ਸਿੱਖਿਆ ਸੁਣਦਿਆਂ ਸਾਨੂੰ ਆਪਣੀ ਮੱਤ ਬੁੱਧ ਵਿੱਚੋਂ ਹੀ ਬਹੁਤ ਸਾਰੀਆਂ ਕੀਮਤੀ ਛਿਆਂ ਭਾਵ ਗੁਣ ਚੰਗਿਆਈਆਂ ਇਸ ਆਦਿਕ ਤੱਤ ਸਾਰ ਉਹ ਪ੍ਰਾਪਤ ਹੁੰਦਾ ਹੈ। ਨਾਮ ਸਾਨੂੰ ਆਪਣੇ ਹਿਰਦੇ ਦੇ ਵਿੱਚੋਂ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਸਾਨੂੰ ਆਪਣੇ ਅੰਦਰੋਂ ਹੀ ਹੋ ਜਾਂਦੀ ਹੈ, ਪਰ ਕਿਵੇਂ ਹੁੰਦੀ ਹੈ? ਗੁਰਬਾਣੀ ਤੋਂ ਚਾਨਣਾ ਲੈ ਕੇ, ਸੇਧ ਲੈ ਕੇ। ਅਜਿਹੀ ਇਸ ਕਿਤਾਬ ਦੇ ਅੰਦਰ ਗੁਹਜ ਰਤਨ ਇਹ ਕਿਤਾਬ ਜੋ ਲਿਖੀ ਹੈ ਬਹੁਤ ਹੀ ਪਿਆਰੀ ਸਿੱਖ ਧਰਮ ਦੇ ਅੰਦਰ ਕੌਮ ਦੇ ਅੰਦਰ ਮਾਇਨਾਜ਼ ਸ਼ਖਸੀਅਤ ਸਿੰਘ ਸਾਹਿਬ ਸਾਬਕਾ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਮਨਜੀਤ ਸਿੰਘ ਜੀ ਤੋਂ ਸਾਰੇ ਵਾਕਫ ਹਨ। ਦੇਖੋ ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ ਹੀ ਨਿਮਰ, ਬਹੁਤ ਹੀ ਠੰਡੇ ਮਿੱਠੇ ਅਤੇ ਬਹੁਤ ਹੀ ਵਿਦਵਾਨ ਸੁਭਾਅ ਵਾਲੇ ਖੋਜੀ ਪੁਰਸ਼ ਹਨ, ਵਿਦਵਾਨ ਪੁਰਸ਼ ਹਨ ਪ੍ਰੋਫੈਸਰ ਮਨਜੀਤ ਸਿੰਘ ਜੀ। ਔਰ ਚਾਹੇ ਉਹ ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਗੁਰੂ ਤੇਗ ਅਕਾਲ ਤਖ਼ਤ ਸਾਹਿਬ ਕੇਸਗੜ੍ਹ ਸਾਹਿਬ ਤੋਂ ਉਹ ਆਪਣਾ ਕਾਰਕਾਲ ਜਿਹੜਾ ਉਹ ਪੂਰਾ ਕਰ ਚੁੱਕੇ ਹਨ, ਪਰ ਫਿਰ ਵੀ ਉਹ ਸਿੱਖ ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਬੇਅੰਤ ਥਾਵਾਂ ਦੇ ਉੱਤੇ ਜਾ ਕੇ ਗੁਰਮਤਿ ਪ੍ਰਚਾਰ ਪ੍ਰਸਾਰ ਕਰ ਰਹੇ ਹਨ, ਜਿੱਥੇ ਉਹ ਆਪਣੇ ਵਿਖਿਆਨਾਂ ਦੇ ਦੁਆਰਾ ਪ੍ਰਚਾਰ ਪ੍ਰਸਾਰ ਕਰ ਰਹੇ ਹਨ, ਉੱਥੇ ਨਾਲ ਦੀ ਨਾਲ ਹੁਣ ਕਿਤਾਬਾਂ ਲਿਖ ਕੇ ਵੀ ਉਹ ਕੌਮ ਨੂੰ ਸਮਰਪਿਤ ਕਰ ਰਹੇ ਹਨ। ਇਹ ਕਿਤਾਬ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਲਿਖੀ ਹੈ, ਗੁਹਜ ਰਤਨ। ਔਰ ਇਹਦੇ ਵਿੱਚ ਜਿਵੇਂ ਆਪ ਜੀ ਨੇ ਦੱਸਿਆ ਹੈ ਗੁਰਬਾਣੀ ਦੇ ਉੱਤੇ ਆਧਾਰਿਤ ਹੀ ਸਵਾਲ ਅਤੇ ਗੁਰਬਾਣੀ ਦੇ ਵਿੱਚੋਂ ਹੀ ਉਹਨਾਂ ਦੇ ਉੱਤਰ, ਕਿਉਂਕਿ ਗੁਰਾਂ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਡੀਆਂ ਜਗਿਆਸਾਵਾਂ ਦੀ ਤਰਜਮਾਨੀ ਕਰਦਿਆਂ ਜਿਵੇਂ ਜਿਹੇ ਸਾਡੇ ਸਵਾਲ ਇਸ ਗੁਰਮਤਿ ਪੰਥ ਦੇ ਅਧਿਆਤਮਿਕਤਾ ਦੇ ਰਸਤੇ ਉੱਤੇ ਚੱਲਦਿਆਂ ਪੈਦਾ ਹੁੰਦੇ ਹਨ ਉਹੋ ਜਿਹੇ ਸਵਾਲ ਆਪ ਹੀ ਪੈਦਾ ਕੀਤੇ ਹਨ, ਲਿਖੇ ਹਨ, ਔਰ ਆਪ ਹੀ ਉਹਨਾਂ ਨੇ ਉਸ ਦੇ ਉੱਤਰ ਵੀ ਸਾਨੂੰ ਦਿੱਤੇ ਹਨ। ਤੋ ਇਹ ਗੁਹਜ ਰਤਨ ਸਿੰਘ ਸਾਹਿਬ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਲਿਖੀ ਹੈ। ਮੈਂ ਪਹਿਲਾਂ ਤਤਕਰਾ ਆਪ ਜੀ ਨੂੰ ਪੜ੍ਹ ਕੇ ਸੁਣਾਵਾਂ ਅਤੇ ਸਹਿਜੇ ਸਾਨੂੰ ਇਹ ਭਲੀ ਭਾਂਤ ਚਾਨਣਾ ਹੋ ਜਾਏਗਾ ਕਿ ਇਸ ਕਿਤਾਬ ਦੇ ਵਿੱਚ ਕੀ ਕੁਛ ਉਹਨਾਂ ਨੇ ਲਿਖਿਆ ਹੈ।
तो प्रभु सब तो पहला परमात्मा, इस प्रभु परमात्मा दे सलेख अंदर जो तत्करा लिखा है इहदे अगे वाहिगुरु जी किस तरह दे हन, प्रभु दा निवास स्थान किथे है, किवें दा है, मालक पिता कंत वाहिगुरु नाल मिलाप जां अभेदता किवें होवेगी, किस पासों ये भेद पता लगेगा, प्रभु जी नाल सांझ बनाउण वाले नूं की भेटा कीता जावे। फिर अगे है सतगुरु, सतगुरु दे अगे उपसरलेख ने सतगुरु कौन है, सतगुरु की प्राप्ति किवें होवे, ऐसे शब्द दा निवास किथे है, दृष्टिमान सरगुण पसारे तो पहला इस शब्द दा टिकाणा किथे सी, अगे है सतसंगत की है, उत्थे की हुंदा है। फिर है सुहागणी जीव इस्त्रियां कौन हां, भाव गुरमुख जिहड़े हन दुहागणी इस्त्रियां कौन हन, अगे है सनमुख ते गुरमुख जां ज्ञानी कौन है। फिर अगे सृष्टि रचना, सृष्टि रचना दा मूल जां आरंभ की है, इस दिसदे जगत दी होंद किवें ते कदों बनी है, मनुख जीवन दा मकसद की है, कोटे व्यक्ति दा जीवन किवें सफल होवे, मनुख सभ्याचार किवें बने, मनुख शरीर विकारी मैल ते पवित्र किवें होवे, पवित्र कौन है, ते अखीर विच मनुखी शरीर विच वसदा कौन है, मनुख नूं अपनी ते सृष्टि दे मूल प्रभु दी प्राप्ति किवें होवे। फिर सिमरन दे नाल संबंधित सवाल हन, मन मन बहुत जिहड़ा डुंघाइयां वाला है, बड़ियां परतां वाला है, और मन अपने नूं समझना, मन नूं वस विच करना, मन दीआं वासनावां नूं आशावां ते मनशावां नूं रोकणा, इह किवें हुंदा है, गुरबाणी किवें सानूं मन वस करन दी जुगती दसदी है, इत्यादिक इस दे नाल संबंधित सवाल ते नाल उत्तर गुरबाणी आधारित दित्ते हन। और अगे है पंजे कामादिक वैरी, ये किवें वस विच आउण, होमै दा आरंभ की है, मोह तृष्णा मौत आवागमन, मुक्ति मुक्ति की है, नरकां विच कौन पैंदा है, इस तों छुटकारा किवें है, ये सारे जिन्ने भी सवाल हन बड़े ही जरूरी सवाल ने, रोजाना असीं पुछदे रहिंदे हां, रह नुमाई लभदे हाँ। तो ये जिन्ने भी सवाल हन एक कोश दे वांग प्रोफेसर साहब जी ने, प्रोफेसर मनजीत सिंह जी सिंह साहब होना ने यह तैयार कर दिता है, ते कोश दे वांग तैयार करके एक अखर कर्म दे अनुसार, जो गुरमुखी लिपि दे अखर कर्म दे अनुसार, 35 अखरां दे अखर कर्म अनुसार जिहड़े सवाल ते नाल जवाब उह दे दित्ते हन। हुण मैं एक सवाल दा, सवाल ते उहदा जवाब किवें लिखिया है ये आप जी दे नज़र करदा हाँ। सुखी कौन है ते दुखी कौन है, इहदा आपां सुख सारे चाहुंदे हाँ, कौन नहीं सुखी होना चाहुंदा ते दुखी क्यों हुंदे आ, इहदा उत्तर दित्ता है, कहिंदे कौन सो सुखी आ कौन सो दुखी आ, गुरबाणी दे विच इह सवाल पैदा कीता है माझ राग दे अंदर, सुखी जीवन वाला इस संसार विच कौन है ते दुखी कौन है। जवाब दिंदे ने साहिब जी, कहिंदे गुरमुख सुखी आ मनमुख दुखी आ, गुरमुख सुखी है। नाल प्रोफेसर साहिब जी ने गुरबाणी दीआं पंक्तियां दे के उन्हां दी सरल व्याख्या जिहड़ी है स्पष्ट शब्दां दे विच कीती है, कहिंदे हे भाई जगत गुरु दे सनमुख हो के भाव गुरु दी शरण ते आवगवाई विच जीवन बतीत करन वाला मनुख ही सुखमई अवस्था नूं माणदा है, ते दुखी कहिंदे पर अपने अज्ञानी ते चंचल मन दे पिछे लगण वाला दुखी अवस्था विच ही जीवन दा समां लंघाउंदा है। फिर हुण सुखी किवें होईए, ये सवाल है, किन विद कुशल होत मेरे भाई, हे मेरे भरा मनुख नूं किस जुगत दे राहीं आनंद दी जां खुशी खेड़े दी प्राप्ति होवे, ते उत्तर गुरु साहिब जी दिंदे ने, कहिंदे एक कुशल मौको सतगुरु बताया, हर जो किछ करे सो हर क्या भगता पाया, जन नानक होमै मार समाया, इन विद कुशल होत मेरे भाई, इउं पाईऐ हर राम सहाई रहाउ दूजा। तो इहदी अगे सरल व्याख्या है कि सतगुरु ने मैनू असल आत्मक सुख दा एक खास भेद समझा दिता है, तो गुरुदेव जी दी शरण विच पै के सुखी होईदा है। होर भी अगे सुखी ते दुखी आनंद खेड़ा इत्यादिक जिवें आप जी ने पहला दस्या है तत्करे दे आधार दे उत्ते, उस तरह दे अनेक सवाल हन। तो प्रोफेसर साहब जी ने जो उन्हां दी अपना जाति तजर्बा है, जिन्हां ने प्रोफेसर साहब जी नूं नेड़ियों होकर जाणिया है, वेख्या है, उन्हां नाल मिले वरते हैं, वो सारे भली प्रकार जानते हैं
कि प्रोफेसर साहब जी आप भी बड़े गुणी ज्ञानी भी हैं ते वो बाणी ते बाणी दे धारनी बहुत मिट बोली शख्सियत ने, तो उन्होंने जो गुरबाणी चो खोजिया ये साढ़े सामने किताब के रूप के गोहज रतन किताब के रूप में साढ़े सामने पेश किया है। इसन छापिया है गुरु नानक फाउंडेशन नवी दिल्ली वाले ने। तो ये किताब सारे ही जड़िया किताबों दुकाना हैं चाहे अमृतसर साहब जलंधर चंडीगढ़ या होर दिल्ली वर्गे वड्डे शहरों से भी गुरमत दियाँ साहित्यक किताबों वाली दुकाना तो सारे तो मिल जाती है। आप जी ने जेकर किताब लेनी है तो डिस्क्रिप्शन के दिते फोन नंबर के उत्ते संपर्क करो या दिते लिंक के उत्ते क्लिक करके एक किताब तुसी प्राप्त कर सकते हो। वीडियो नू अगे होर दोस्तां सज्जणा सुनेहियां दे नाल शेयर करो, चैनल नू सबसक्राइब करो। अगले हफ्ते फिर लैके हाजिर होवांगा, तद तक लई इजाजत दिओ। वाहिगुरू जी का खालसा, वाहिगुरू जी की फतेह।